ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਸਾਹਿਤਕ ਮੰਚ 'ਤੇ ਮੈਂ ਦੀਪ ਜਗਦੀਪ ਇੱਕ ਨਵੀਂ ਕਲਮ ਲੈ ਕੇ ਹਾਜ਼ਰ ਹਾਂ ਜੀ। ਦੋਸਤੋ, ਅੱਜ ਤੁਸੀਂ ਸੁਣੋਗੇ ਦਵਿੰਦਰ ਕੌਰ ਦਵੀ ਦੀ ਕਲਮ ਤੋਂ ਕੁਝ ਰਚਨਾਵਾਂ। ਅਗਰ ਤੁਸੀਂ ਵੀ ਕੋਈ ਆਪਣੀ ਰਚਨਾ ਸਾਨੂੰ ਭੇਜਣਾ ਚਾਹੁੰਦੇ ਹੋ ਤਾਂ ਸਾਨੂੰ ਈਮੇਲ ਕਰ ਸਕਦੇ ਹੋ ਜਾਂ ਵਟਸਐਪ ਮੈਸੇਜ ਕਰ ਸਕਦੇ ਹੋ। ਤਾਂ ਲਓ, ਪੇਸ਼ ਨੇ ਅੱਜ ਦੇ ਕੁਝ ਅਲਫਾਜ਼। ਹੱਸਣ ਵੇਲੇ ਮੈਂ ਖੁੱਲ੍ਹ ਕੇ ਹੱਸੀ, ਰੋਣ ਵੇਲੇ ਰੋਈ ਵੀ ਬਹੁਤ। ਇਕਾਂਤ ਮਨ ਦੀਆਂ ਵਾਦੀਆਂ ਵਿੱਚ ਚੁੱਪ ਵੀ ਹੋਈ। ਹੱਸਣ ਵੇਲੇ ਤੂੰ ਮੇਰੇ ਅੱਗੇ ਅੱਗੇ, ਰੋਣ ਵੇਲੇ ਤੂੰ ਮੇਰੇ ਪਿੱਛੇ ਪਿੱਛੇ, ਚੁੱਪ ਵੇਲੇ ਕਿੱਥੇ ਸੀ ਤੂੰ? ਤੱਤੀਆਂ ਲੂਹਾਂ ਦੀ ਤਪਸ਼ ਝੁਲਸਦੀ ਰਹੀ, ਰੁੰਡ ਮਰੁੰਡ ਰੁੱਖਾਂ ਦੇ ਬਚੇ ਖੁਚੇ ਪੱਤਿਆਂ ਦਾ ਪਿੰਡਾ, ਕੁਪੱਤੀ ਪਾਉਣ ਫੁੱਲਾਂ ਦੀ ਸੰਧੂਰੀ ਮਹਿਕ ਨੂੰ ਪਤਾ ਨਹੀਂ ਕਿੱਥੇ ਉਡਾ ਕੇ ਲੈ ਗਈ। ਤਨ ਦੇ ਤੱਟ ਤੇ ਉੱਕਰੀਆਂ ਪੈੜਾਂ ਤੇਰੀਆਂ ਹੀ ਤਨੇ, ਮਨ ਦੇ ਪਾਣੀਆਂ ਚ ਉੱਠਦੀਆਂ ਛੱਲਾਂ ਵੀ ਤੇਰੀਆਂ ਹੀ ਨੇ। ਸੋਚਦਾ ਹੋਏਗਾ ਤੇਰ ਮੇਰ ਦੇ ਮਸਲਿਆਂ ਚ ਕਦੋਂ ਤੋਂ ਪੈ ਗਈ ਹਾਂ ਮੈਂ। ਤੇਰਾ ਸਾਇਆ ਬਣ ਕੇ ਮੈਂ ਤੇਰੇ ਨਾਲ ਨਾਲ ਹਾਂ, ਸਾਇਆ ਕਦੇ ਪੈੜਾਂ ਨਹੀਂ ਕਰਦਾ। ਕੁਝ ਸੁਪਨੇ ਬਰਫ਼ ਵਾਂਗ ਜੰਮੇ ਰਹਿੰਦੇ ਨੇ ਮਨ ਦੀਆਂ ਚੋਟੀਆਂ ਤੇ, ਤੇ ਕੁਝ ਸੁਪਨੇ ਨਿਰੀ ਅੱਗ ਹੁੰਦੇ ਨੇ, ਪਲਾਂ 'ਚ ਭਾਂਬੜ ਬਣ ਮੱਚਦੇ ਨੇ, ਪਲਕਾਂ ਦੇ ਸਿਵਿਆਂ 'ਚ ਹੀ ਰਾਖ ਹੋ ਜਾਂਦੇ ਨੇ। ਬੜੀਆਂ ਹੱਕਾਂ ਮਾਰੀਆਂ ਪਰ ਕਮਲੀ ਨੂੰ ਸਮਝ ਨਾ ਆਏ ਉਹਨਾਂ ਗਲੋੜੀਆਂ ਦੇ ਅਰਥ। ਬੜੇ ਪੈਂਡੇ ਤੈਅ ਕੀਤੇ ਪੈਰਾਂ ਨੇ ਪਰ ਸਾਰ ਨਾ ਜਾਣ ਸਕੇ ਰੇਤ ਪਈਆਂ ਪੈੜਾਂ ਦੀ। ਬਿਨਾਂ ਪੈਰਾਂ ਤੋਂ ਤੁਰਨਾ, ਬਿਨ ਹਰਫਾਂ ਤੋਂ ਬੋਲਣਾ, ਬਿਨ ਅੱਖੀਆਂ ਤੋਂ ਦੇਖਣਾ, ਮੈਂ ਤੇਰੇ ਤੋਂ ਸਿੱਖਿਆ। ਚੁੱਪ ਹੁੰਦੀ ਹਾਂ ਤਾਂ ਮੇਰੇ ਅੰਦਰ ਹੀ ਕਿਤੇ ਗੁਆਚ ਜਾਂਦੇ ਨੇ ਰੂਹ ਦੇ ਬੋਲ। ਬੋਲਦੀ ਹਾਂ ਤਾਂ ਮੇਰੇ ਬਾਹਰ ਹੀ ਕਿਤੇ ਜਿਸਮ ਦਾ ਸਾਜ ਤਿੜਕਣ ਲੱਗਦਾ ਹੈ। ਲਿਖਣ ਲੱਗਦੀ ਹਾਂ ਤਾਂ ਬਹੁਤ ਕੁਝ ਸ਼ਬਦਾਂ ਦੇ ਆਰ ਪਾਰ ਅਣਲਿਖਿਆ ਰਹਿ ਜਾਂਦਾ ਹੈ। ਕੁਝ ਯਾਦ ਕਰਦੀ ਹਾਂ ਤਾਂ ਵਿਸਰ ਜਾਂਦਾ ਹੈ ਮੈਥੋਂ ਮੇਰਾ ਆਪਾ ਹੀ। ਚਾਹਤ ਤਾਂ ਹੁੰਦੀ ਹੈ ਸਾਡੀ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਦੀ, ਪਰ ਅਕਸਰ ਤਿਲਕ ਜਾਂਦਾ ਹੈ ਤਲੀ ਤੇ ਟਿਕਿਆ ਅਥਰੂ ਵੀ। ਕਈ ਵਾਰ ਉਹ ਅਥਰੂ ਸਾਡੇ ਹੱਥਾਂ ਦੀਆਂ ਲਕੀਰਾਂ ਵੀ ਖੋਰ ਕੇ ਲੈ ਜਾਂਦਾ ਆਪਣੇ ਪਾਣੀਆਂ ਅੰਦਰ। ਤੇਰੇ ਬਗੈਰ ਬਹੁਤ ਖੁਸ਼ ਹਾਂ ਇਸ ਜਹਾਨ ਅੰਦਰ, ਤੇਰੇ ਬਗੈਰ ਹੀ ਪਹੁੰਚ ਗਈ ਹਾਂ ਮੰਜ਼ਿਲ ਦੇ ਐਨ ਕੋਲ। ਅੱਜ ਇਹ ਝੂਠ ਤੈ ਦਿਲੋਂ ਸ਼ਰੇਆਮ ਕਹਿਣ ਨੂੰ ਦਿਲ ਕਰਦਾ ਹੈ। ਕਈ ਵਾਰ ਇੰਨੀ ਭੀੜ ਨਾਲ ਭਰ ਜਾਂਦਾ ਹੈ ਮਨ ਕਿ ਸਹਿਣ ਨਹੀਂ ਹੁੰਦਾ ਆਪੇ ਦਾ ਬੋਲ। ਕਾਸ਼ ਅਜਿਹੇ ਵੇਲਿਆਂ 'ਚ ਮੈਂ ਆਪਣੇ ਦਿਲ ਅੰਦਰਲੇ ਹਾਲਾਤਾਂ ਦੀ ਤਸਵੀਰ ਲੈ ਸਕਦੀ ਅਤੇ ਨੱਥੀ ਕਰਕੇ ਭੇਜ ਦਿੰਦੀ ਤੈਨੂੰ ਆਪਣੇ ਵੱਲੋਂ ਲਿਖੇ ਸ਼ਬਦਾਂ ਵਿੱਚ। ਜਿਨ੍ਹਾਂ ਨੇ ਤੇਲ ਪਾ ਕੇ ਸਦਾ ਬਲਦੇ ਰੱਖਣਾ ਸੀ ਦੀਵਿਆਂ ਨੂੰ, ਬਚਾਉਣਾ ਸੀ ਹਨੇਰੀਆਂ ਤੂਫਾਨਾਂ ਤੋਂ, ਬਲਦੀ ਜੋਤ ਉੱਪਰ ਜੇ ਉਹੀ ਫੂਕਾਂ ਮਾਰਨ ਲੱਗ ਜਾਣ ਤਾਂ ਕਿਵੇਂ ਕਰ ਸਕਾਂਗੇ ਅਸੀਂ ਚਾਨਣ। ਕਈਆਂ ਨੂੰ ਉੱਠਣ ਸਾਰ ਹੀ ਸਰਾਣਿਓ ਹੇਠਾਂ ਲੱਭ ਜਾਂਦੀ ਹੈ ਮੁਕੱਦਰ ਦੀ ਚਾਬੀ। ਨਹੀਂ ਖੁੱਲ੍ਹਦਾ ਕਈਆਂ ਦੀ ਕਿਸਮਤ ਦਾ ਜਿੰਦਰਾ ਗੁੱਛੇ ਦੀ ਅਖੀਰਲੀ ਚਾਬੀ ਨਾਲ ਵੀ। ਬਗੀਚੀ ਕੋਲੋਂ ਲੰਘਦਿਆਂ ਸੱਜਰੇ ਫੁੱਲਾਂ ਨੇ ਕੋਲ ਬੁਲਾਇਆ ਮੈਨੂੰ ਤੇ ਮੇਰੇ ਸਾਹਾਂ ਦੀ ਤਲੀ 'ਤੇ ਮਹਿਕ ਦਾ ਫੰਬਾ ਰੱਖ ਦਿੱਤਾ। ਮੈਂ ਖੁਸ਼ਬੂ ਖੁਸ਼ਬੂ ਹੋਈ, ਪੱਬਾਂ ਭਾਰ ਕੰਡਿਆਲੇ ਰਾਹਾਂ 'ਤੇ ਤੁਰਨ ਜੋਗੀ ਹੋ ਗਈ। ਚੁੱਪ ਤਾਂ ਉਮਰਾਂ ਹੰਢਾ ਕੇ ਵੀ ਨਹੀਂ ਮਰਦੀ, ਪਰ ਬੋਲ ਬੋਲ ਪਲਾਂ ਵਿੱਚ ਹੀ ਰਾਖ ਹੋ ਜਾਂਦੇ ਨੇ। ਉਮਰ ਭਰ ਰਹੇ ਇੱਕ ਇੱਕ ਜ਼ਖਮ ਦਾ ਖਾਕਾ ਕੈਨਵਸ 'ਤੇ ਉਤਾਰ ਸੌਂਪਿਆ ਉਹਦੇ ਹੱਥਾਂ ਵਿੱਚ, ਦੇਖ ਕੇ ਵਸੀਅਤ ਧੁਖਦੇ ਅੱਖਰਾਂ ਦੀ ਪਤਾ ਉਹ ਕੀ ਕਹਿੰਦਾ।
ਪਰਾਂ ਲੈ ਜਾ ਆਪਣੀਆਂ ਇਹ ਕੱਚੀਆਂ ਪਿੱਲੀਆਂ ਭਾਵਕ ਸਤਰਾਂ ਦਾ ਢੇਰ। ਸ਼ਾਇਦ ਬਰਦਾਸ਼ਤ ਨਹੀਂ ਕਰ ਸਕਿਆ ਉਹ ਨਜ਼ਮਾਂ ਵਿੱਚ ਉਕਰੇ ਸੱਚ ਨੂੰ। ਭਟਕਦਾ ਰਹੇ ਆਪਣੇ ਗੁਮਾਨ ਦੀਆਂ ਚੋਟੀਆਂ ਤੇ, ਹੰਕਾਰ ਦੀਆਂ ਬਰਫੀਲੀਆਂ ਟੀਸੀਆਂ ਤੇ। ਸੰਜੀਵਨੀ ਬੂਟੀ ਅੱਜ ਕੱਲ੍ਹ ਤੇਰੇ ਪਹਾੜ ਤੇ ਨਹੀਂ, ਮੇਰੇ ਪਤਾਲ ਚੁਗਦੀ ਹੈ। ਦੋਸਤੋ, ਇਹ ਸੀ ਕੁਝ ਅਲਫਾਜ਼ ਦਵਿੰਦਰ ਦਵੀ ਦੀ ਕਲਮ ਤੋਂ। ਤੁਹਾਨੂੰ ਕਿਹੋ ਜਿਹੇ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਅਗਲੀ ਵਾਰੀ ਫਿਰ ਇੱਕ ਨਵੀਂ ਕਲਮ ਨਵੇਂ ਰੰਗ ਦੇ ਨਾਲ ਬਹੁਤ ਜਲਦੀ ਹਾਜ਼ਰ ਹੋਵਾਂਗੇ ਜੀ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।